ਅੱਜ ਜਿਹੜਾ ਆਪਾਂ ਸੀਐਸਐਸ ਦਾ ਇੰਪੋਰਟੈਂਟ ਟੌਪਿਕ ਡਿਸਕਸ ਕਰਾਂਗੇ ਉਹ ਇੱਕ ਨਾਵਲ ਹੈਗਾ ਵਾ ਜਿਹਨੂੰ ਨਾਵਲੇਟ ਵੀ ਕਹਿੰਦੇ ਆ ਉਹ ਦਾ ਨਾਮ ਹੈ ਦੀਵਾ ਤੇ ਦਰਿਆ ਇਸ ਐਸਐਸ 2018 ਤੇ 19 ਦੇ ਬਾਰੇ ਦੇ ਵਿੱਚ ਆ ਚੁੱਕਿਆ ਆ ਵਾ ਦੀਵਾ ਤੇ ਦਰਿਆ ਦਰਿਆਨ ਜਿਹੜਾ ਲਿਖਿਆ ਵਾ ਉਹ ਅਫਜ਼ਲ ਐਸਰ ਰੰਦਾਵਾ ਨੇ ਲਿਖਿਆ ਅਫਜ਼ਲ ਐਸਰ ਰੰਦਾਵਾ ਅਫਜ਼ਲ ਐਸਰ ਰੰਦਾਵਾ ਜਿਹੜਾ ਪੇਸ਼ੇ ਦੇ ਹਿਸਾਬ ਦੇ ਨਾਲ ਇੱਕ ਵਕੀਲ ਸਨ ਪੇਸ਼ੇ ਦੇ لحاظ ਦੇ ਨਾਲ ਇੱਕ ਵਕੀਲ ਸਨ ਇਹਨਾਂ ਨੇ ਇਹਦੇ ਅੰਦਰ ਜਿਹੜੀ ਅਲਮਤਾਂ ਦਰਿਆ ਵਰਤਮਾਲ ਕੀਤਾ ਵਾ ਦਰਿਆ ਜਿਹੜਾ ਵਾ ਉਹ ਬਹਾਦਰੀ ਦੀ ਅਲਮਤ ਆ ਜਾਂ ਜ਼ੇਦ ਦੀ ਅਲਮਤ ਹੈਗਾ ਵਾ ਤੇ ਜਿਹੜਾ ਦੀਵਾ ਇਸਤਮਾਲ ਕੀਤਾ ਹੋਇਆ ਵਾ ਉਹ ਰੋਸ਼ਨੀ ਦੀ ਅਲਮਤ ਆ ਜਾਂ ਉਹ ਨੂੰ ਤੁਸੀਂ ਖੂਬਸੂਰਤੀ ਦੀ ਅਲਮਤ ਵੀ ਕਹਿ ਸਕਦੇ ਹੋ ਇਹ ਇਹ ਦੀਵਤ ਦਰਿਆ ਵਿੱਚ ਇਸ ਇਹੀ ਮਫਹੂਮ ਦੇ ਨਾਲ ਆਂਦਾ ਡਿਸਕਸ ਹੋਏ ਨੇ ਇਹ ਨਾ ਨਾ ਇਹ ਜਿਹੜਾ ਹੈਗਾ ਨਾਵਲ ਆ ਜਾਂ ਨਾਵਲੇਟ ਆ ਇਹਦੇ ਚ ਐਮਸੀਕਿਊਜ਼ ਆ ਜਾਂਦਾ ਵਾ ਇਹ ਨਾਵਲ ਨਹੀਂ ਆ ਬਲਕਿ ਇੱਕ ਨਾਵਲੇਟ ਆ ਨਾਵਲੇਟ ਦੀ ਲੈਂਥ ਜ਼ਿਆਦਾ ਹੁੰਦੀ ਆ ਜਦਕਿ ਨਾਵਲ ਦੀ ਲੈਂਥ ਜ਼ਿਆਦਾ ਹੁੰਦੀ ਜਦਕਿ ਨਾਵਲੇਟ ਦੀ ਲੈਂਥ ਛੋਟੀ ਹੁੰਦੀ ਆ ਤੇ ਜਿਹੜਾ ਸਟਰਕਚਰ ਆ ਉਹ ਨਾਵਲ ਵਾਲਾ ਹੀ ਹੁੰਦਾ ਲੇਕਿਨ ਸ਼ਾਰਟ ਹੁੰਦਾ ਵਾ ਇਹ ਪਾਕਿਸਤਾਨ ਦਾ ਦੂਜਾ ਵਟਾ ਪਾਕਿਸਤਾਨ ਦਾ ਜਿਹੜਾ ਹੈਗਾ ਵਾ ਇਹ ਦੂਸਰਾ ਨਾਵਲੇਟ ਆ ਪਾਕਿਸਤਾਨ ਦਾ ਦੂਸਰਾ ਨਾਵਲੇਟ ਆ ਜਿਹੜਾ ਪਹਿਲਾ ਸੀਗਾ ਪਹਿਲਾ ਪਾਕਿਸਤਾਨ ਦਾ ਨਾਵਲਟ ਸੀਗਾ ਉਹ ਕੀ ਸੀ ਉਹਦਾ ਨਾਂ ਸੀ ਠੇਡਾ ਉਹਦਾ ਨਾਂ ਸੀ ਠੇਡਾ ਉਹਦਾ ਨਾਂ ਸੀਗਾ ਤੇ ਜਿਹੜਾ ਅਫਜ਼ਲ ਐਸਰ ਦਾ ਦਾਵਾ ਹੈਗਾ ਵਾ ਇਹਨਾਂ ਨੇ ਇਹ ਸਟੋਰੀ ਡਿਸਕਸ ਕਰਦੇ ਹੋਏ ਜਿਹੜੀ ਖਾਨਦਾਨੀ ਦੁਸ਼ਮਣੀਆਂ ਚੱਲਦੀਆਂ ਨਾ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਵਾ ਇੱਕ ਨਾਵਲਟ ਦੇ ਥਰੂ ਤੇ ਅਫਜ਼ਲ ਐਸਰ ਦਾ ਦਾਵਾ ਇਹਨਾਂ ਨੇ ਪੰਜਾਬੀ ਜ਼ੁਬਾਨ ਦੇ ਅੰਦਰ ਕੰਮ ਕਰਕੇ ਇੱਕ ਨਾ ਭੁੱਲਣ ਵਾਲਾ ਅਦਬ ਤਖਲੀਕ ਕੀਤਾ ਹੋਇਆ ਵਾ ਜੇ ਨੂੰ ਕਿ ਤੁਸੀਂ ਪਲਾ ਨਹੀਂ ਸਕਦੇ ਇਹ ਦੀਵਾ ਤੇ ਦਰਿਆ ਹੈਗਾ ਬਾਕੀ ਹੁਣ ਆਪਾਂ ਇਹਦੀ ਕਿਰਦਾਰ ਨਗਾਰੀ ਯਾਨੀ ਸਾਰੇ ਕਿਰਦਾਰ ਡਿਸਕਸ ਕਰਾਂਗੇ ਤੇ ਇਹਦੀ ਸਟੋਰੀ ਡਿਸਕਸ ਕਰਾਂਗੇ ਇਦਾਂ ਹੀ ਆਪਾਂ ਟੋਪਿਕ ਮੁਕੰਮਲ ਕਰਾਂਗੇ ਆ ਇਹਦਾ ਇੰਟਰੋਡਕਸ਼ਨ ਤੇ ਇੰਪੋਰਟੈਂਟ MCQਸ ਆ ਤੁਸੀਂ ਅਗਰ ਇਹ ਟੋਪਿਕ ਤਿਆਰ ਕਰ ਲੋਗੇ ਤੇ ਇਨਸ਼ਾਅੱਲਾ ਤੁਸੀਂ 16 ਤੋਂ 15 ਨੰਬਰ ਆਮ ਦੇ ਨਾਲ ਲੈ ਲੋਗੇ ਕਿਉਂਕਿ ਤੁਸੀਂ ਆਊਟ ਕਲਾਸਿਕ ਇੰਟਰੋਡਕਸ਼ਨ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਟੋਪਿਕ ਨੂੰ ਲਿਖੋਗੇ ਮੁਕੰਮਲ ਕਿਰਦਾਰਾਦੀ ਬਾਰੇ ਡਿਟੇਲ ਜਾਣਾਂਗੇ ਇਹ ਸਵਾਲ ਵੀ ਆ ਸਕਦਾ ਕਿ ਦੀਵਤ ਦਰਿਆ ਦੇ ਜਿਹੜੇ ਕਿਰਦਾਰ ਆ ਉਹਨਾਂ ਨੂੰ ਤੁਸੀਂ ਲਿਖੋ ਤੁਸੀਂ ਇਹ ਮੈਂ ਤੁਹਾਨੂੰ ਬੜੇ ਅੱਛੇ ਤਰੀਕੇ ਦੇ ਨਾਲ ਸਮਝਾਉਂਦਾ ਜਾਊਂਗਾ ਤੁਹਾਨੂੰ ਇੱਕ ਇੱਕ ਪੁਆਇੰਟ ਸਮਝਾਉਂਦਾ ਜਾਊਗਾ ਇਹ ਦੋ ਖਾਨਦਾਨ ਆ ਇੱਕ ਜਿਹੜਾ ਹੈਗਾ ਉਹਦਾ ਜਿਹੜਾ ਸਰਬਰਾਹ ਹੈਗਾ ਉਹ ਉਜਾਗਰ ਸਿੰਘ ਆ ਉਹ ਉਜਾਗਰ ਸਿੰਘ ਰੰਦਾਵਾ ਆ ਉਹਦਾ ਜਿਹੜਾ ਸਰਬਰਾਹ ਹੈਗਾ ਵਾ ਇੱਕ ਜ਼ਗੀਰਦਾਰ ਆ ਤੇ ਜ਼ਗੀਰਦਾਰ ਦਾ ਮਾਲਕ ਆ ਜ਼ਗੀਰਦਾ ਤੇ ਇਹ ਫੈਸਲੇ ਵੀ ਕਰਦਾ ਵਾ ਦੂਸਰਾ ਜਿਹੜਾ ਹੈਗਾ ਵਾ ਉਹਦਾ ਨਾਮ ਜੀ ਕਰਤਾਰ ਸਿੰਘ ਕਰਤਾਰ ਸਿੰਘ ਇੱਕ ਸਿੰਦੂਆ ਇਹ ਦੋ ਖਾਨਦਾਨਾਂ ਦੀ ਇਹ ਸਟੋਰੀ ਹੈਗੀ ਆ ਤੇ ਜਿਹੜਾ ਕਰਤਾਰ ਸਿੰਘ ਸਿੰਦੂ ਆ ਤੁਜਾਗਾ ਸਿੰਘ ਆ ਇਹ ਦੋਨੇ ਪਹਿਲੇ ਆਪਸ ਚ ਵਾਵਾ ਬੇਲੀ ਹੁੰਦੇ ਸੀ ਦੋਸਤ ਹੁੰਦੇ ਸੀ ਉਹ ਤਵਾਰ ਇਹਨਾਂ ਦੀ ਲੜਾਈ ਹੋ ਗਈ ਤੇ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਹੁਣ ਆਪਾਂ ਡਿਸਕਸ ਕਰਾਂਗੇ ਕਿ ਕਰਤਾਰ ਸਿੰਘ ਸਿੰਧੂ ਆ ਇਹਦੇ ਕਿਹੜੇ ਕਿਹੜੇ ਕਿਰਦਾਰ ਖਾਨਦਾਨ ਦੇ ਜਿਹੜੇ ਇਸ ਸਟੋਰੀ ਦੇ ਅੰਦਰ ਆਏ ਆ ਇਹਦੇ ਜਿਹੜੇ ਹੈਗੇ ਆ ਮੇਨ ਤਿੰਨ ਕਿਰਦਾਰ ਇਸ ਸਟੋਰੀ ਦੇ ਅੰਦਰ ਡਿਸਕਸ ਹੋਏ ਹੋਇਆ ਉਹ ਤਿੰਨ ਕਿਰਦਾਰਾਂ ਦੀ ਆਪਾਂ ਡਿਟੇਲ ਜਾਣਦੇ ਆ ਸਭ ਨਾਲ ਪਹਿਲਾ ਜਿਹੜਾ ਕਿਰਦਾਰ ਹੈਗਾ ਉਹ ਇਹਦੀ ਹੈਗੀ ਆ ਬੇਟੀ ਇਹਦੀ ਬੇਟੀ ਆ ਉਹਦੀ ਇਹਦੀ ਬੇਟੀ ਦਾ ਨਾਮ ਰੂਪੋ ਆ ਰੂਪੋ ਜਿਹੜੀ ਕੇ ਇਸ ਮੁਕੰਮਲ ਸਟੋਰੀ ਦੀ ਹੀਰੋਇਨ ਵੀ ਆ ਇਸ ਮੁਕੰਮਲ ਸਟੋਰੀ ਦੀ ਹੀਰੋਇਨ ਆ ਮਰਕਜ਼ੀ ਕਿਰਦਾਰ ਆ ਤੇ ਇਹ ਸ਼ਮਸ਼ੀਰ ਸਿੰਘ ਜਿਹਦੇ ਨਾਲ ਮੁਹੱਬਤ ਕਰਨ ਲੱਗ ਜਾਂਦਾ ਵਾ ਸ਼ਮਸ਼ੀਰ ਸਿੰਘ ਜਿਹਦੇ ਨਾਲ ਮੁਹੱਬਤ ਕਰਨ ਲੱਗ ਜਾਂਦਾ ਵਾ ਉਹਦਾ ਨਾਂ ਜੀ ਰੂਪੋ ਆ ਇਹਦੀ ਬੇਟੀ ਹੈਗੀ ਆ ਉੱਤਵਾ ਜਿਹੜਾ ਦੂਸਰਾ ਜਿਹੜਾ ਕਿਰਦਾਰ ਆ ਉਹ ਹੈਗਾ ਇਹਦਾ ਬੇਟਾ ਇਹਦਾ ਬੇਟਾ ਜਿਹੜਾ ਹੈਗਾ ਜੀ ਉਹਦਾ ਨਾਂ ਹੈਗਾ ਜੀ ਰਜਿੰਦਰ ਸਿੰਘ ਰਜਿੰਦਰ ਸਿੰਘ ਰਜਿੰਦਰ સિંહ ਹੈਗਾ ਵਾ ਜਿਹੜਾ ਕਿ ਘੋੜ ਘੋੜਿਆ ਦੀ ਦੌੜ ਵਿੱਚ ਹਿੱਸਾ ਲੈਂਦਾ ਵਾ ਘੋੜਿਆ ਦੀ ਦੌੜ ਵਿੱਚ ਹਿੱਸਾ ਲੈਂਦਾ ਵਾ ਠੀਕ ਆ ਇਧਰੋਂ ਜਿਹੜਾ ਤੀਸਰਾ ਕਿਰਦਾਰ ਹੈਗਾ ਆ ਦੂਸਰਾ ਹੋ ਗਿਆ ਤੀਸਰਾ ਕਿਰਦਾਰ ਆ ਹਾਕਮਾ ਹਾਕਮਾ ਜਿਹੜੀ ਹੈਗੀ ਆ ਉਹ ਹਾਕਮਾ ਮਾਛ ਹੈ ਨਾ ਉਹ ਕੰਮ ਕਰਦੀ ਆ ਔਰ ਗੂਪੋ ਯਾਨੀ ਇਹਦੀ ਜਿਹੜੀ ਕੁੜੀ ਆ ਤੇ ਇਹਨਾਂ ਦਾ ਜਿਹੜਾ ਮੁੰਡਾ ਹੈਗਾ ਵਾ ਸ਼ਮਸ਼ੀਰ ਉਹਨਾਂ ਦੇ ਦਰਮਿਆਨ ਪੇਗਾਮ ਰਸਾਨੀ ਚ ਮਦਦ ਕਰਦੀ ਆ ਇਹ ਪੇਗਾਮ ਕਹਾਂਦੀ ਆ ਲੋ ਦੀ ਇਹ ਦਰਕਰਤਾਰ ਸਿੰਘ ਸਿੰਧੂ ਅੱਲੋ ਤੁਸੀਂ ਆ ਤਿੰਨ ਕਿਰਦਾਰ ਯਾਦ ਰੱਖਣੇ ਆ ਬੇਟੀ ਰੂਪੋ ਜਿਹੜੀ ਹੀਰੋਇਨ ਆ ਸ਼ਮਸ਼ੀਰ ਸਿੰਘ ਨਾਲ ਮੁਹੱਬਤ ਕਰਦੀ ਆ ਬੇਟਾ ਅਰਜਨ ਸਿੰਘ ਦਾ ਕੋੜਿਆ ਤੌਰ ਤੇ ਹਿੱਸਾ ਲੈਂਦਾ ਵਾ ਇਦਰਾ ਸਿੰਧੂ ਵੱਲੋਂ ਤਾਂ ਹਾਕਵਾ ਮਾਚਾ ਨਾਲ ਰੂਪੋ ਤੇ ਸ਼ਮਸ਼ੀਰ ਦੀ ਮੁਹੱਬਤ ਤੇ ਪੇਗਾਮ ਦਸਾਨੀ ਕਰਦੀ ਆ ਲੋ ਹੁਣ ਆਪਾਂ ਡਿਸਕਸ ਕਰਾਂਗੇ ਉਜਾਗਰ ਸਿੰਘ ਸਿੰਧੂ ਜਿਹੜਾ ਹੈਗਾ ਵਾ ਇਹਦੇ ਅੰਦਰ ਕਿਹੜੇ ਕਿਹੜੇ ਕਿਰਦਾਰ ਹੈਗੇ ਆ ਇਹਦਾ ਜਿਹੜਾ ਸਭ ਨਾਲ ਪਹਿਲਾ ਕਿਰਦਾਰ ਆ ਜਿਹੜੀ ਕਿ ਮਹਿੰਦਰਾ ਵਾ ਮਹਿੰਦਰਾ ਜਿਹੜੀ ਇਹਦੀ ਵੋਟੀ ਆ ਤੇ ਸ਼ਮਸ਼ੀਰ ਸਿੰਘ ਦੀ ਮਾਂ ਹੈਗੀ ਆ ਦੂਸਰਾ ਇਧਰੋਂ ਜਿਹੜਾ ਕਿਰਦਾਰ ਆ ਜਾਂਦਾ ਵਾ ਉਹ ਹੈਗਾ ਜੀ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਜਿਹੜਾ ਹੈਗਾ ਜੀ ਇਹਦਾ ਮੁੰਡਾ ਹੈਗਾ ਇਹਦਾ ਬੇਟਾ ਹੈਗਾ ਵਾ ਜਿਹਨੂੰ ਰੂਪ ਉਹਦੇ ਨਾਲ ਮੁਹੱਬਤ ਹੋ ਜਾਂਦੀ ਆ ਤੇ ਇਹਦੇ ਜਿਹੜੇ ਅੱਗੇ ਸ਼ਮਸ਼ੀਰ ਸਿੰਘ ਦੇ ਦੋ ਯਾਰ ਵੀ ਇਹਦੇ ਅੰਦਰ ਡਿਸਕਸ ਹੋਏ ਆ ਇੱਕ ਦਾ ਨਾਂ ਜਿਹੜਾ ਇੰਦਰ ਸਿੰਘ ਆ ਤੇ ਜਿਹੜਾ ਦੂਸਰਾ ਹੈਗਾ ਉਹਦਾ ਨਾਂ ਦੀਨਾ ਵਰਕਾ ਦੀਨਾ ਵਰਕ ਹੈਗਾ ਵਾ ਠੀਕਾ ਇਹ ਦੋ ਕਿਰਦਾਰ ਇਹਦੇ ਅੰਦਰ ਡਿਸਕਸ ਹੋਏ ਜਿਹੜਾ ਸ਼ਮਸ਼ੀਰ ਸਿੰਘ ਦੇ ਬੇਲੀ ਹੈ ਗਿਆ ਉਤਵਾਦ ਇਹਦੇ ਅੰਦਰ ਜਿਹੜਾ ਇਹਨਾਂ ਦਾ ਤੀਸਰਾ ਕਿਰਦਾਰ ਹੈਗਾ ਵਾ ਉਹ ਹੈਗਾ ਹਰਭਜਨ ਸਿੰਘ ਹਰਭਜਨ ਸਿੰਘ ਇਹ ਕੀ ਹੈ ਜੀ ਇਹਦਾ ਵੱਡਾ ਮੁੰਡਾ ਵਾ ਵੱਡਾ ਮੁੰਡਾ ਜਿਹੜਾ ਹੈਗਾ ਵਾ ਇਹਦਾ ਉਹ ਹਰਭਜਨ ਸਿੰਘ ਆ ਆਪਣਾ ਛੋਟਾ ਸ਼ਮਸ਼ੀਰ ਸਿੰਘ ਦਾ ਜਿਹੜਾ ਕਿ ਰੂਪੋਨਾ ਪਿਆਰ ਕਰਦਾ ਹੀਰੋ ਆ ਇਸ ਮੁਕੰਮਲ ਨਾਉ ਲੈਟਸ ਦਾ ਉਤਵਾਦ ਅੱਗੇ ਆ ਜਾਂਦਾ ਜੀ ਨਿਕਸਾਈ ਨਿਕਸਾਈ ਜਿਹੜਾ ਇਹਨਾਂ ਦਾ ਕੰਮ ਕਰਦਾ ਵਾ ਉਗ ਮੇਂ ਕਾਸਾ ਆਇਆ ਜਿਹੜਾ ਕਿ ਡੰਗਰਾ ਨੂੰ ਪੱਠੇ ਪਾਂਦਾ ਵਾ ਉਤਵਾ ਜਿਹੜਾ ਆਖਰੀ ਕਿਰਦਾਰ ਆ ਇਧਰ ਦਾ ਉਹ ਹੈਗਾ ਜੀ ਹਾਕੂ ਖਰਲ ਹਾਕੂ ਖਰਲ ਹਾਕੂ ਖਰਰ ਕੀ ਹੈਗਾ ਜਿਹੜਾ ਉਜਾਗਰ ਸਿੰਘ ਦਾ ਬੰਦਾ ਵਾ ਤੇ ਇੱਕ ਜਿਹੜਾ ਹੈਗਾ ਵਾ ਡਕੇਟ ਆ ਬੰਦਾ ਵਾ ਡਕੇਟ ਆ ਤੇ ਉਹਦੇ ਲਈ ਕੰਮ ਕਰਦਾ ਵਾ ਇਹ ਉਜਾਗਰ ਸਿੰਘ ਰੰਧਾਉ ਦੇ ਦਾ ਬੰਦਾਵਾ ਲੋ ਇਧਰ ਆ ਤਿੰਨੇ ਸਾਰੇ ਕਿਰਦਾਰ ਕਲੀਅਰ ਹੋ ਗਏ ਤੇ ਇਧਰੋਂ ਤੁਸੀਂ ਆਲੇ ਕਿਰਦਾਰ ਕਲੀਅਰ ਕਰ ਲੇ। ਇਸ ਤੋਂ ਬਾਅਦ ਇਹਦੇ ਵਿੱਚ ਹੋਰ ਦੋ ਕਿਰਦਾਰ ਵੀ ਜਾਂਦੇ ਆ। ਇੱਕ ਆਂਦਾਵਾ ਤਾਜਾ ਨਾਈ। ਤਾਜਾ ਨਾਈ ਉਹ ਆ ਜਿਹੜਾ ਕਿ ਰੂਪੋ ਤੇ ਸ਼ਮਸ਼ੀਰ ਸਿੰਘ ਨੂੰ ਆਪਸ ਵਿੱਚ ਪਿਆਰ ਕਰਦਾ ਦੇਖ ਲੈਂਦਾ ਵਾ। ਤੇ ਇਸ ਤੋਂ ਬਾਅਦ ਇੱਕ ਈਸਟਰ ਈਸਟਰ ਡਿਕੇਟ ਹੋਈ ਆ। ਈਸਟਰ ਡਿਕੇਟ ਜਿਹੜਾ ਰੂਪੋ ਤੇ ਸ਼ਮਸ਼ੀਰ ਸਿੰਘ ਨੂੰ ਰਸਤੇ 'ਚ ਰੋਕਦਾ ਵਾ ਤੇ ਇੱਕ ਹੋਰ ਜਿਹੜਾ ਆਂਦਾ ਵਾ ਉਹ ਬਾਬਾ ਸੰਛਾ ਦਾ ਵੀਲਾ ਜਿਹੜਾ ਲੱਗਦਾ ਵਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਹੁਣ ਆਪਾਂ ਇਹ ਮੁਕੰਮਲ ਸਟੋਰੀ ਡਿਸਕਸ ਕਰਾਂਗੇ ਇਹਨਾਂ ਕਿਰਦਾਰਾਂ ਨੂੰ ਸਾਹਮਣੇ ਰੱਖਦੇ ਹੋਏ ਹੁਣ ਇਹ ਕਿਰਦਾਰਾਂ ਨੂੰ ਸਾਹਮਣੇ ਰੱਖਦੇ ਹੋਏ ਤੁਹਾਨੂੰ ਮੈਂ ਮੁਕੰਮਲ ਸਟੋਰੀ ਸਮਝਾ ਦਿੰਦਾ ਵਾ ਸਭ ਨਾਲ ਪਹਿਲੇ ਜਿਹੜਾ ਨਹੀਂ ਇਹਦਾ ਹਾਕੂ ਖਰਲ ਹੈਗਾ ਵਾ ਹਾਕੂ ਖਰਲ ਹਾਕੂ ਖਰ ਲ ਜਾਂਦਾ ਜੀ ਉਜਾਗਰ ਸਿੰਘ ਦੇ ਕੋਲ ਜਾਂਦਾ ਤੁਸੀਂ ਇਹਨੂੰ 1 ਤੋਂ 2 ਇਦਾਂ ਹੀ ਮੈਂ ਗਿਣਤੀ ਲਿਖਦੇ ਜਾਵਾਂਗਾ ਇਦਾਂ ਹੀ ਸਟੋਰੀ ਪੂਰੀ ਹੋਊਗੀ ਹਾਕੂ ਖਰ ਲ ਜਾਂਦਾ ਜੀ ਉਜਾਗਰ ਸਿੰਘ ਕੋ ਤੇ ਉਹ ਕਹਿੰਦਾ ਜੀ ਮੈਂ ਜਿਹੜਾ ਹੈਗਾ ਨਾ ਤਾਜਾ ਨਾਈ ਨੇ ਮੈਨੂੰ ਦੱਸਿਆ ਵਾ ਤੀਜੇ ਨੰਬਰ ਤੇ ਜਿਹੜਾ ਤਾਜਾ ਨਾਈ ਆ ਉਹਨੇ ਦੱਸਿਆ ਵਾ ਕਿ ਜਿਹੜਾ ਸ਼ਮਸ਼ੀਰ ਸਿੰਘ ਆ ਨਾ ਸ਼ਮਸ਼ੀਰ ਸਿੰਘ ਤੇ ਰੂਪੋਆ ਇਹ ਦੋਨੋਂ ਆਪਸੇ ਮਹੱਬਤੀ ਗੱਲਾਂ ਕਰੰਦੇ ਸੀ ਪਿਆਰ ਕਰੰਦੇ ਸੀਗੇ ਤੇ ਉਜਾਗਰ ਸਿੰਘ ਜਿਹੜਾ ਰੰਦਾਵਾ ਵਾ ਉਹ ਤਾਜਾ ਨਾਇ ਨੂੰ ਬੁਲਾਉਂਦਾ ਵਾ ਤੇ ਤਾਜਾ ਨਾਇ ਮੁਕਰ ਜਾਂਦਾ ਉਹ ਕਹਿੰਦਾ ਨਹੀਂ ਰੂਪੋ ਦੇ ਨਾਲ ਜਿਹੜਾ ਹੈਗਾ ਵਾ ਤੁਹਾਡਾ ਮੁੰਡਾ ਸ਼ਮਸ਼ੀਰ ਸਿੰਘ ਨਹੀਂ ਸੀ ਬਲਕਿ ਉਹਦਾ ਜਿਹੜਾ ਬੇਟਾ ਰਜਿੰਦਰ ਸਿੰਘ ਸੀਗਾ 6ਵੇਂ ਨੰਬਰ ਵਾਲਾ ਰਜਿੰਦਰ ਸਿੰਘ ਜੀ ਇਦਾਂ ਇਹ ਪਹਿਲਾ ਸਟੈਪ ਪੂਰਾ ਹੁੰਦਾ ਵਾ ਬੋਤਵਾ ਦੇ ਹਾਕੂ ਖੱਲਣਾ ਨਾ ਦੁਬਾਰਾ ਆਂਦਾ ਵਾ ਚਮਸ਼ੀਰ ਸਿੰਘ ਦੇ ਕੋਲ ਖੁਦ ਪੁੱਛਣ ਉਹ ਕਹਿੰਦਾ ਵੀ ਰੂਪੋ ਦਾ ਤੇਰੇ ਨਾਲ ਕੀ ਮਾਮਲਾ ਵਾ ਜਿਹੜਾ ਤਾਜਾ ਨਾਈ ਨੇ ਦੱਸਿਆ ਵਾ ਉਹ ਕਹਿੰਦਾ ਜੀ ਜਦੋਂ ਕੋਲਿਆ ਦੀ ਰੇਸ ਹੋਣੀ ਸੀਗੀ ਤੇ ਮੈਨੂੰ ਹਰਵਜਨ ਸਿੰਘ ਜਿਹੜਾ ਮੇਰਾ ਵੱਡਾ ਭਰਾ ਵਾ ਉਹਨੇ ਮੈਨੂੰ ਕਿਹਾ ਸੀਗਾ ਕਿ ਕੋੜੇ ਦੇ ਕੋਲ ਰਹੀਂ ਕਿ ਦੁਸ਼ਮਣ ਸਿੰਦੂ ਉਹਨਾਂ ਨੂੰ ਆ ਕੇ ਨੁਕਸਾਨ ਨਾ ਪਹੁੰਚਾ ਦੇ ਲੇਕਿਨ ਮੈਂ ਦੇਖਿਆ ਇੱਕ ਡਾਕੂ ਆਇਆ ਕੋੜੇ ਦੀ ਲੱਤ ਵੱਡਣ ਲੱਗਾ ਸੀਗਾ ਮੈਂ ਉਹਨੂੰ ਫੜਿਆ ਤੇ ਉਹ ਅਸਲ ਚ ਇੱਕ ਕੁੜੀ ਸੀ ਜਿਹਦਾ ਨਾਮ ਸੀ ਰੂਪੋ ਤੇ ਬਾ ਚੋਂ ਨੂ ਮੈਂ ਉਹਦੇ ਘਰ ਛੜਿਆ ਆ ਸ਼ਮਸ਼ੀਰ ਸਿੰਘ ਹਾਕੂ ਖੰਡੂ ਨੂੰ ਇਹ ਸਾਰੀ ਸਟੋਰੀ ਸੁਣਾਦਾ ਵਾ ਉਤ ਬਾਦ ਜਿਹੜਾ ਹਰਭਜਨ ਸਿੰਘ ਆ ਯਾਨੀ 7ਵੇਂ ਨੰਬਰ ਵਾਲਾ ਉਹ ਕਹਿੰਦਾ ਵਾ ਸ਼ਮਸ਼ੀਰ ਸਿੰਘ ਨੂੰ ਕਹਿੰਦਾ ਕਿ ਜਾਂ ਤੂੰ ਬਸੰਤਰ ਨਾਲੇ ਦੇ ਅੰਦਰ ਕੋੜੇ ਨੂੰ ਨਵਾ ਲਿਆ ਤੇ ਜਦੋਂ ਕੋੜੇ ਨੂੰ ਨਵਾਣ ਜਾ ਰਿਹਾ ਹੁੰਦਾ ਨਾਲੇ ਦੇ ਅੰਦਰ ਤੇ ਰਸਤੇ 'ਚ ਰੂਪਾ ਮਿਲਦੀ ਆ ਤੇ ਸ਼ਮਸ਼ੀਰ ਸਿੰਘ ਰੂਪਾ ਨੂੰ ਕਹਿੰਦਾ ਵਾ ਕਿ ਸਵੇਹਾ ਤੂੰ ਮੇਲੇ ਚ ਆਣਾ ਵਾ ਕਿ ਨਹੀਂ ਇਹ ਰੂਪਾ ਨੂੰ ਕਹਿੰਦੀ ਆ ਕਿ ਤੈਨੂੰ ਕੀ ਯਾਨੀ ਤੁਸੀਂ ਦੇਖੋ ਕਿ ਕਿਤਾਬ ਪਲਾਟ ਤਿਆਰ ਹੋ ਰਿਹਾ ਪਹਿਲੇ ਸਾਰਾ ਤੁਹਾਨੂੰ ਇੰਟਰੋਡਕਸ਼ਨ ਕਰਵਾਇਆ ਉਹਨਾਂ ਨੇ ਉਹਨੇ ਰਾਈਟਰ ਨੇ ਉਸ ਤੋਂ ਬਾਅਦ ਹੁਣ ਅਗੇ ਸਟੋਰੀ ਸਟਾਰਟ ਹੋ ਗਈ ਆ ਕਿ ਦੋਨੇ ਜਿਹੜੇ ਹੈਗੇ ਆ ਆਸ਼ਿਕ ਤੇ ਮਹਿਬੂਬ ਇੱਕ ਦੂਸਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਹੋ ਗਏ ਬਾਅਦ ਚੋ ਕੀ ਲੱਗਦਾ ਜੀ ਬਾਬਾ ਹਸਨ ਦਾ ਜਿਹੜਾ ਮੇਲਾ ਲੱਗਦਾ ਹੈਗਾ ਵਾ 8ਵੇਂ ਨੰਬਰ ਤੇ ਬਾਬਾ ਹਸਨ ਦੇ ਮੇਲੇ ਦੇ ਸਾਰੇ ਕੀ ਹੁੰਦੇ ਆ ਸ਼ਮਸ਼ੀਰ ਸਿੰਘ ਜਿਹੜਾ ਹੈਗਾ ਵਾ ਆਪਣੇ ਜਿਹੜੇ ਬੇਲੀ ਹੈਗੇ ਆ ਆ ਉਹਦੇ ਬੇਲੀ ਆ 9ਵੇਂ ਨੰਬਰ ਉਹ ਉਹਨਾਂ ਨੂੰ ਛੱਡ ਕੇ ਤੇ ਉਹ ਸ਼ਰਾਬ ਪੀਤੀ ਹੁੰਦੀ ਹੈ ਔਰ ਉਹਦੇ ਕੋਲ ਜਾਂਦਾ ਵਾ ਤੇ ਦੋਨੇ ਆਪਸ ਵਿੱਚ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਆ। ਲੋ ਜੀ ਅਗਲਾ ਸਟੈਪ ਵੀ ਪੂਰਾ ਹੋ ਗਿਆ। ਉਹ ਤਵਾਦੀ ਅਗਲੇ ਦਿਨ ਜਦੋਂ ਮੇਲਾ ਲੱਗਦਾ ਵਾ ਨੀਦਾਬਾਦੀ ਦਾ ਮੁਕਾਬਲਾ ਸ਼ੁਰੂ ਹੁੰਦਾ ਵਾ ਤੇ ਨੀਦਾਬਾਦੀ ਦੇ ਅੰਦਰ ਹਰਬਚੰਦ ਸਿੰਘ ਜਿੱਤ ਜਾਂਦਾ ਵਾ। ਜੋ ਜਲਗਰ ਸਿੰਘ ਉਹਦਾ ਦਾ ਅੱਬਾ ਬੜਾ ਖੁਸ਼ ਹੁੰਦਾ ਵਾ। ਬਾਅਦ ਚ ਜਦੋਂ ਕੋੜੇ ਦੀ ਦੋਰ ਦਾ ਮੂੰਹ ਆਂਦਾ ਮੂੰਖ ਹਰਬਚੰਦ ਸਿੰਘ ਸ਼ਮਸ਼ੀਰ ਸਿੰਘ ਨੂੰ ਕਹਿੰਦਾ ਕਿਸ ਸਰੰਦਾ ਆਵਿਆ ਲੋ ਤੂੰ ਤੋੜ। ਸ਼ਮਸ਼ੀਰ ਸਿੰਘ ਤੋੜਦਾ ਵਾ ਤੇ ਜਿੱਤ ਜਾਂਦਾ ਏਦਾਂ ਮੈਦਾਨ ਬੜਾ ਖੁਸ਼ ਹੁੰਦਾ ਸਾਰੀ ਫੈਮਿਲੀ ਖੁਸ਼ ਹੋ ਜਾਂਦੀ ਆ ਉਤਵਾਦ ਰੂਪੋਤ ਸ਼ਮਸ਼ੀਰ ਸਿੰਘ ਜਿਹੜੇ ਗੁਰਦੁਆਰੇ ਦੇ ਅੰਦਰ ਮਿਲਦੇ ਆ ਤੇ ਈਸ਼ਤ ਦਾ ਡਾਕੂ ਰਸਤੇ 'ਚ ਉਹਨਾਂ ਨੂੰ ਮਿਲਦਾ ਵਾ ਤੇ ਉਹ ਦੇ ਉੱਪਰੋਂ ਤੰਗ ਕਰਦਾ ਵਾ ਸ਼ਮਸ਼ੀਰ ਸਿੰਘ ਉਹਨੂੰ ਮਾਰਦਾ ਵਾ ਇਦਾਂ ਇਹ ਸਾਰੇ ਕਿਰਦਾਰ ਪੂਰੇ ਹੋ ਜਾਂਦੇ ਆ ਉਤਵਾਦ ਸ਼ਮਸ਼ੀਰ ਸਿੰਘ ਦੇ ਵਿਆਹ ਦੀ ਗੱਲ ਚੱਲ ਪੈਂਦੀ ਆ ਸ਼ਮਸ਼ੀਰ ਸਿੰਘ ਘਰੋਂ ਲਾਲ ਪੀਲਾ ਹੋ ਕੇ ਨਿਕਲ ਜਾਂਦਾ ਵਾ ਉਤਵਾਦ ਹਰਭਜਨ ਸਿੰਘ ਨੂੰ ਸਾਰੇ ਮਾਮਲੇ ਦਾ ਪਤਾ ਚੱਲ ਜਾਂਦਾ ਕਿ ਸ਼ਮਸ਼ੀਰ ਸਿੰਘ ਤੇ ਰੂਪੋ ਆਪਸ ਵਿੱਚ ਪਿਆਰਮੋਬਦੀ ਕਲਾਕਾਰ ਦੇ ਇਧਰੋਂ ਕਰਤਾਰ ਸਿੰਘ ਸਿੰਧੂ ਵੀ ਜਿਹੜਾ ਰੂਪੋ ਦਾ ਵਿਆਹ ਕਰ ਦਿੰਦਾ ਵਾ ਤੇ ਜਿਹੜੀ ਅੱਜ ਹਾਕਮਾ ਮਾਚਾ ਨਾਲ ਆਗਮਨ ਸ਼ਮਸ਼ੀਰ ਸਿੰਘ ਦੇ ਅੱਗੇ ਪੇਗਾਮ ਦੱਸ ਦਈਆ ਕਿ ਰੂਪੋ ਕਹਿੰਦੀ ਆਪਾਂ ਇੱਥੋਂ ਘਰੋਂ ਭੱਜ ਜਾਈਏ ਚਲੇ ਜਾਈਏ ਸ਼ਮਸ਼ੀਰ ਤੇ ਰੂਪੋ ਇਕੱਠੇ ਮਿਲਦੇ ਆ ਇੱਕ ਜਗ੍ਹਾ ਤੇ ਇੱਕ ਪੁਆਇੰਟ ਤੇ ਤੇ ਉੱਥੇ ਕੀ ਆ ਜਾਂਦਾ ਉੱਥੇ ਹਰਭਜਨ ਸਿੰਘ ਆ ਜਾਂਦਾ ਵਾ ਤੇ ਰੂਪੋ ਤੇ ਜਿਹੜਾ ਸ਼ਮਸ਼ੀਰ ਆ ਦੋਨੇ ਇਕੱਠੇ ਖੜੇ ਹੁੰਦੇ ਆ ਹਰਭਜਨ ਸਿੰਘ ਇਹਨੂੰ ਸਮਝਾਉਂਦਾ ਸ਼ਮਸ਼ੀਰ ਸਿੰਘ ਨੂੰ ਕਿ ਇਹ ਤੀ ਹੈ ਕਿਸੇ ਦੀ ਇੱਜ਼ਤ ਆ ਲਿਆਦਾ ਪਹਿਲੇ ਆਪਣੇ ਦੋਸਤ ਆ ਦੀ ਸੀ ਹੁਣ ਦੁਸ਼ਮਣ ਆ ਦੀ ਆ ਲੇਕਿਨ ਆਪਾਂ ਫਿਰ ਵੀ ਇਹਨੂੰ ਇਥੋਂ ਦਨਵਨ ਲਿਜਾਣ ਨਹੀਂ ਦਊਂਗਾ ਸ਼ਮਸ਼ੀਰ ਸਿੰਘ ਦਾ ਜਿਹੜਾ ਜ਼ਮੀਰ ਜਾਗਦਾ ਵਾ ਉਹ ਰੂਪੋਂ ਤੇ ਤਲਵਾਰ ਚਲਾ ਦਿੰਦਾ ਵਾ ਤੇ ਦੋਨੇ ਫਿਰ ਭਰਾ ਇਕੱਠੇ ਗਲੇ ਲੱਗ ਕੇ ਰੋਣ ਲੱਗ ਜਾਂਦੇ ਆ ਇੰਦਾ ਇਹ ਮੁਕੰਮਲ ਨਾਵਲਟ ਪੂਰਾ ਹੋ ਜਾਂਦਾ ਵਾ ਇਹ ਸਟੋਰੀ ਮੁਕੰਮਲ ਹੋ ਜਾਂਦੀ ਆ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂਗਾ ਕਿ ਤੁਸੀਂ ਕਿਦਾਂ ਸਟੈਪ ਬਾਈ ਸਟੈਪ ਇਹ ਸਟੋਰੀ ਨੂੰ ਅੰਦਰ ਹੈਡਿੰ ਆਮ ਪੁਆਇੰਟ ਲਿਖ ਦਿੱਤੇ ਹੋਏ ਆ ਨੰਬਰ 1 ਨਾ ਕਿਰਦਾਰ ਨਗਾਰੀ ਤੁਸੀਂ ਇਹਦੇ ਵਿੱਚ ਜਿਹੜੇ ਦੋ ਕਿਰਦਾਰ ਆ ਸ਼ਮਸ਼ੀਰ ਸਿੰਘ ਤੇ ਰੂਪ ਉਹਨੂੰ ਡਿਸਕਸ ਕਰ ਸਕਦੇ ਕਿ ਕਿੱਦਾਂ ਦੋਨੇ ਇੱਕ ਹੀਰੋ ਤੇ ਹੀਰੋ ਜਿੰਨਾ ਕਿਰਦਾਰ ਆ ਮੇਨ ਕਿਰਦਾਰ ਆ ਇਸ ਮੁਕੰਮਲ ਨਾਵਲਟ ਦੀ ਤੇ ਉਹ ਤੋਂ ਬਾਅਦ ਆ ਗਈ ਮੁਕਾਲਵਾ ਨਗਾਰੀ ਕਿੱਦਾਂ ਦੋਨਾਂ ਦਾ ਜਿਹੜਾ ਮੁਕਾਲਵਾ ਹੁੰਦਾ ਜਦੋਂ ਦੋਨੇ ਉਹ ਲਤ ਕੱਟਣ ਆਂਦੀ ਰੂਪ ਉਹ ਤੇ ਸ਼ਮਸ਼ੀਰ ਸਿੰਘ ਦੇ ਦਰਮਿਆਨ ਦੋਨਾਂ ਦਾ ਮੁਕਾਲਵਾ ਹੁੰਦਾ ਵਾ ਕਿ ਕਿਉਂ ਲਤ ਕੱਟਣ ਆਈ ਆ ਤੇ ਯਾ ਉਸ ਤੋਂ ਬਾਅਦ ਜਦੋਂ ਜਦੋਂ ਇਹ ਦੋ ਦੋਨੇ ਭੱਜਣ ਲੱਗੇ ਹੁੰਦੇ ਆ ਇਹ ਦੋਨਾਂ ਦਾ ਮੁਕਾਲਮਾ ਹੁੰਦਾ ਹਰਵਜਨ ਸਿੰਘ ਤੇ ਸ਼ਮਸ਼ੀਰ ਸਿੰਘ ਦਾ ਉਹ ਵੀ ਤੁਸੀਂ ਇੱਥੇ ਲਿਖ ਸਕਦੇ ਹੋ ਮੰਦਰ ਨਗਾਰੀ ਦੇ ਅੰਦਰ ਤੁਸੀਂ ਜਿਹੜਾ ਮੇਲੇ ਦਾ ਮੰਜ਼ਰ ਲੱਗਦਾ ਉਹਨੂੰ ਡਿਸਕਸ ਕਰ ਸਕਦੇ ਹੋ ਕਿ ਕਿੱਦਾਂ ਮੇਲੇ ਦੇ ਮੰਜ਼ਰ ਦੇ ਅੰਦਰ ਕੋੜਿਆਂ ਦੀ ਰੇਸ ਹੋਈ ਆ ਉਸ ਤੋਂ ਬਾਅਦ ਹਕੀਕਤ ਨਗਾਰੀ ਯਾਨੀ ਹਕੀਕਤ ਨੂੰ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਕਿੱਦਾਂ ਮਾਸ਼ਰੇ ਦੇ ਅੰਦਰ ਅੱਜ ਵੀ ਜਿਹੜੀਆਂ ਦੁਸ਼ਮਣੀਆਂ ਵਾ ਉਹ ਚੱਲਦੀ ਆ ਪਈਆਂ ਹੈਗੀਆਂ ਯਾਨੀ ਇਹ ਮੁਕੰਮਲ ਸਟੋਰੀ ਨੂੰ ਤੁਸੀਂ ਇਹਨਾਂ ਹੈਡਿੰਗਾਂ ਦੇ ਅੰਦਰ ਡਿਸਕਸ ਕਰਨਾ ਮਾਸ਼ਰਤੀ ਹਾਲਾਤ ਦੀ ਅਕਾਸੀ ਇਹੀ ਮਾਸ਼ਰੇ ਦਾ ਹਾਲਾਤ ਆ ਕਿ ਜਿਹੜੇ ਹੈਗੇ ਆ ਵੱਡੇ ਲੜਦੇ ਰਹਿੰਦੇ ਆ ਉਹ ਵੱਡਿਆਂ ਦੀ ਲੜਾਈ ਨਹੀਂ ਕਿਹਾ ਤਾਂ ਕਹਿੰਦੀ ਆ ਨਹੀਂ ਕਿਹਾ ਤਾਂ ਅਗੇ ਨਸਲ ਦਰ ਨਸਲ ਚੱਲਦੀ ਆ ਇਹੀ ਮਾਸ਼ਰਤੀ ਹਾਲਾਤ ਦੀ ਅਕਾਸੀ ਆ ਤੇ ਪਲਾਟ ਇਹਦਾ ਬੜਾ ਜ਼ਬਰਦਸਤ ਆ ਪਹਿਲੇ ਉਹਨੇ ਇੰਟਰੋਡਕਸ਼ਨ ਦਿੱਤਾ ਫਿਰ ਉਹਨਾਂ ਨੂੰ ਅਗੇ ਸਟੋਰੀ ਨੂੰ ਅਗੇ ਵਧਾਇਆ ਉਹਦੇ ਕਲਾਈਮੈਕਸ ਤੇ ਗਿਆ ਤੇ ਫਿਰ ਐਂਡਿੰਗ ਤੱਕ ਗਿਆ ਜਜ਼ਬਾਤ ਨਗਾਰੀ ਤੁਸੀਂ ਰੂਪਾ ਤੇ ਸ਼ਮਸ਼ੀਰ ਸਿੰਘ ਦੀ ਜਿਹੜੀ ਆਪਸ ਵਿੱਚ ਮੁਹੱਬਤ ਹੈ ਉਹਨੂੰ ਜਜ਼ਬਾਤ ਨਗਾਰੀ ਦੇ ਅੰਦਰ ਡਿਸਕਸ ਕਰ ਸਕਦੇ ਹੋ ਤੇ ਸ਼ਮਸ਼ੀਰ ਸਿੰਘ ਦੀ ਹਰਪਚੰਨ ਸਿੰਘ ਨਾਲ ਮੁਹੱਬਤ ਉਹਨੂੰ ਵੀ ਤੁਸੀਂ ਜਜ਼ਬਾਤ ਨਗਾਰੀ ਦੇ ਅੰਦਰ ਡਿਸਕਸ ਕਰ ਸਕਦੇ ਹੋ ਜ਼ਬਾਨੋਂ ਬਿਆਨ ਇੰਤਹਾਹੀ ਕਿੰਕ ਕਿਦਾਰੀਆਂ ਇਹਨਾਂ ਦੀ ਆਪਸ ਵਿੱਚ ਮੁਕੰਮਲ ਸੋਰੀ ਲਿਖੀ ਹੈ ਤੁਸੀਂ ਲਿਖੋਗੇ ਕਿ ਬਿਲਕੁਲ ਆਸਾਨ ਹੈਗੀ ਤੁਸੀਂ ਸਮਝ ਸਕਦੇ ਹੋ ਤੁਸੀਂ ਇੱਕ ਜਿਹੜਾ ਪੰਜਾਬ ਦੇ ਅੰਦਰ ਇੱਕ ਮੁਕੰਮਲ ਕਲਚਰ ਹੈ ਇੱਕ ਜਿਹੜਾ ਚੱਲ ਰਿਹਾ ਜਿਹੜਾ ਦੁਸ਼ਮਣੀਆਂ ਆ ਲਿਆ ਤੇ ਆ ਸਾਰਾ ਸਟਰਕਚਰ ਆ ਤੁਸੀਂ ਉਹਨੂੰ ਸਮਝ ਸਕਦੇ ਹੋ ਇਹਦੇ ਤੇ ਇੰਤਹਾਹੀ ਜ਼ਿਆਦਾ ਫਿਲਮਾਂ ਬਣ ਚੁੱਕੀਆਂ ਹੈ ਜਾਂ ਇਸ ਇਸ ਤਰ੍ਹਾਂ ਤੁਹਾਡਾ ਇਹ ਮੁਕੰਮਲ ਸਵਾਲ ਤਿਆਰ ਹੋ ਜਾਏਗਾ ਤੇ ਇਨਸ਼ਾਅੱਲਾ ਤੁਸੀਂ ਇਹ ਸੀਐਸਐਸ ਦੇ 16 ਨੰਬਰ ਦੇ ਸਵਾਲ ਚ 15 ਨੰਬਰ ਗਾਰੰਟੀ ਦੇ ਨਾਲ ਲੋਗੇ ਕਿਉਂਕਿ ਮੈਂ ਇਹਦੇ ਅੰਦਰ ਤੁਹਾਨੂੰ ਸਟੈਪ ਬਾਈ ਸਟੈਪ ਕਿਰਦਾਰ ਨਗਾਰੀ ਸਟੋਰੀ ਤੇ ਉਹਦੇ ਅੰਦਰ ਜਿਹੜੀ ਹੈਡਿੰ ਲੇਗਾ ਕਿਉਂਕਿ ਇਹ ਮੈਂ ਬੜੀ ਰਿਸਰਚ ਤੋਂ ਬਾਅਦ ਤਿਆਰ ਕੀਤਾ ਹੋਇਆ ਵਾ ਤੇ ਤੁਸੀਂ ਅਗਰ ਸਕਾਲਰ ਅਕੈਡਮੀ ਨੂੰ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਹਰ ਕਿਸਮ ਦੀ ਪਲੇਲਿਸਟ ਲੱਭ ਜੂਗੀ ਤੇ ਤੁਹਾਡੇ ਲਈ ਉਹ ਬੜਾ ਕਾਰਾਮਦ ਡਾਟਾ ਹੋਊਗਾ ਲਿਆਦਾ ਮੈਂ ਅਫਰਾ ਰਹਾ ਮੈਂ ਤੁਹਾਡੇ ਕੋਲ ਜਾਦਾ ਚਾਹਦਾ ਵਾ ਅੱਲਾ ਫਜ਼ਲ ਤੇ ਮੇਰੇ ਲਈ ਦੁਆ ਕਰੋ ਤੇ ਆਪਣੇ ਲਈ ਵੀ ਦੁਆ ਕਰੋ ਅਗਰ ਆਪ ਕਿਸੇ ਵੀ ਮੁਕਾਬਲਾ ਜਾਂਤੀ ਇਮਤਿਹਾਨ ਸੀਐਸਐਸ ਪੀਐਮਐਸ ਪੀਪਐਸਸੀ ਕੇ ਲਿਏ ਪਰੇਸ਼ਾਨ ਹੈ ਤਾਂ ਪਰੇਸ਼ਾਨੀ ਛੋੜ ਗਏ ਔਰ ਸਕਾਲਰ ਅਕੈਡਮੀ ਕੋ ਸਬਸਕ੍ਰਾਈਬ ਕੀਜੀਏ ਔਰ ਮੁਸਤਕਬਲ ਕੋ ਬਿਹਤਰ ਬਣਾਈਏ